ਅਤੇ ਇੱਕ ਇਹ ਵੀ ਡਿਜ਼ਾਇਨ ਹੈ, ਇਹ ਵੀ ਜਿਹੜਾ ਡਿਜ਼ਾਇਨ ਬਣਿਆ ਗਾ ਇਹ ਵੀ ਕੁਈਨ ਸਾਈਜ਼ ਦੇ ਵਿੱਚ ਹੀ ਬਣਿਆ। ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਸਾਰੇ ਕਸਟਮਰ ਨੇ ਡਿਜ਼ਾਇਨ ਦਿੱਤੇ ਹੋਏ ਨੇ ਜਿਹੜੇ ਕਿ ਅਸੀਂ ਰੈਡੀ ਕੀਤੇ ਨੇ। ਮੈਂ ਆਹ ਵੀਡੀਓ ਦੇ ਵਿੱਚ ਨਾਲ ਨਾਲ ਤੁਹਾਨੂੰ ਰੈਫਰੈਂਸ ਫੋਟੋ ਦਿਖਾਊਂਗਾ ਵੀ ਕਸਟਮਰ ਨੇ ਸਾਨੂੰ ਕੀ ਡਿਜ਼ਾਇਨ ਦਿੱਤਾ ਸੀ ਅਤੇ ਕੀ ਉਹਦੀ ਆਊਟਪੁੱਟ ਆਈ ਹੈ ਅਤੇ ਕਸਟਮਰ ਕਿੰਨਾ ਕੁ ਸੈਟੀਸਫਾਈ ਹੈ। ਹਾਂ, ਮੈਂ ਉਹਨਾਂ ਤੋਂ ਫਲਾਣੇ ਤੋਂ ਮੰਗਵਾਇਆ ਸੀ ਵੀ ਮੈਨੂੰ ਕਿਸੇ ਵੀ ਤਰ੍ਹਾਂ ਦਾ ਸਰਵਿਸ ਦਾ ਜਾਂ ਕੁਆਲਿਟੀ ਦਾ ਕਦੇ ਕੋਈ ਲਾਂਭਾ ਨਹੀਂ ਆਇਆ। ਅਸੀਂ ਸਿਰਫ ਉਹ ਚੀਜ਼ ਸੁਣਨਾ ਚਾਹੁੰਦੇ ਹਾਂ, ਕਮਾਈ ਨਹੀਂ ਅਸੀਂ ਕਰ ਰਹੇ ਜੀ। ਇਹ ਰੋਜ਼ ਰੋਜ਼ ਨਹੀਂ ਇਹ ਜਿਹੀਆਂ ਚੀਜ਼ਾਂ ਤਿਆਰ ਹੁੰਦੀਆਂ ਕਿ ਜੋ ਇਹ ਬੈੱਡ ਦਾ ਕੀ ਸਪੈਸ਼ਲ ਹੈ। ਇਹਦੇ ਬੈੱਡ 'ਤੇ ਨਾ ਬੈਕ ਜੋ ਲੱਗੀ ਹੋਈ ਹੈ, ਇਹਦੇ ਬੈੱਡ 'ਤੇ ਦੋ ਬੈਕਾਂ ਲੱਗੀਆਂ ਹੋਈਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਰਨਾਲਾ ਵੁਰਸ 'ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਾਡੇ ਆਸਟ੍ਰੇਲੀਆ ਸ਼ਿਪਮੈਂਟ ਬਾਰੇ ਅਤੇ ਬੈੱਡਾਂ ਬਾਰੇ। ਜੀ ਹਾਂ, ਜੋ ਵੀ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਊਂਗਾ ਸਾਰੇ ਸਾਡੇ ਆਸਟ੍ਰੇਲੀਆ ਜਾਣੇ ਨੇ ਬੈੱਡ, ਉਹ ਦਿਖਾਊਂਗਾ ਅਤੇ ਇੱਕ ਕਸਟਮਰ ਦਾ ਔਰਡਰ ਹੈ ਅਤੇ ਜਿਹੜੇ ਸਾਰੇ ਬੈੱਡ ਨੇ ਕਸਟਮਰ ਨੇ ਨਵਾਂ ਹਾਊਸ ਬਾਏ ਕੀਤਾ ਗਾ ਅਤੇ ਸਾਰੇ ਉੱਥੇ ਲਾਉਣੇ ਨੇ ਬੈੱਡ। ਇਹ ਜਿਹੜੇ ਬੈੱਡ ਦੇ ਡਿਜ਼ਾਇਨ ਨੇ, ਕਸਟਮਰ ਸਾਨੂੰ ਅਪਰੋਚ ਤਾਂ ਸਾਡੇ ਅਸੀਂ ਸੋਸ਼ਲ ਮੀਡੀਆ ਪੇਜਿਸ ਤੋਂ ਕੀਤਾ ਸੀ, ਪਰ ਡਿਜ਼ਾਇਨ ਹੈ ਜੋ ਇਹਨਾਂ ਨੇ ਪਸੰਦ ਕੀਤੇ ਨੇ ਉਹ ਸਾਡੇ ਵਾਲੇ ਡਿਜ਼ਾਇਨ ਨਹੀਂ ਪਸੰਦ ਕੀਤੇ। ਕਸਟਮਰ ਦੀ ਚੁਆਇਸ ਸੀ ਕਿ ਅਸੀਂ ਡਿਜ਼ਾਇਨ ਤੁਹਾਨੂੰ ਆਪ ਦੇਵਾਂਗੇ। ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਸਾਰੇ ਕਸਟਮਰ ਨੇ ਡਿਜ਼ਾਇਨ ਦਿੱਤੇ ਹੋਏ ਨੇ ਜਿਹੜੇ ਕਿ ਅਸੀਂ ਰੈਡੀ ਕੀਤੇ ਨੇ। ਮੈਂ ਆਹ ਵੀਡੀਓ ਦੇ ਵਿੱਚ ਨਾਲ ਨਾਲ ਤੁਹਾਨੂੰ ਰੈਫਰੈਂਸ ਫੋਟੋ ਦਿਖਾਊਂਗਾ ਵੀ ਕਸਟਮਰ ਨੇ ਸਾਨੂੰ ਕੀ ਡਿਜ਼ਾਇਨ ਦਿੱਤਾ ਸੀ ਅਤੇ ਕੀ ਉਹਦੀ ਆਊਟਪੁੱਟ ਆਈ ਹੈ ਅਤੇ ਕਸਟਮਰ ਕਿੰਨਾ ਕੁ ਸੈਟੀਸਫਾਈ ਹੈ। ਇਹ ਜਿਹੜੇ ਕੰਟੇਨਰ ਦੇ ਵਿੱਚ 20 ਫੁੱਟ ਕੰਟੇਨਰ ਹੈ, ਇਹਦੇ 'ਚ ਸੋਫਿਆਂ ਦੇ ਨਾਲ ਨਾਲ ਡਾਇਨਿੰਗ ਦੇ ਨਾਲ ਨਾਲ 3 ਬੈੱਡ ਸੀ। ਜੀ ਹਾਂ, 3 ਬੈੱਡ ਸੀ, ਇਹਦੇ ਅੱਡੋ ਅੱਡ ਸਾਈਜ਼ ਸੀ। ਜਿਵੇਂ ਆਸਟ੍ਰੇਲੀਆ ਦੇ ਵਿੱਚ ਜਾਣੇ ਨੇ, ਇਹ ਮੈਲਬਰਨ ਪੋਰਟ 'ਤੇ ਜਾਣੇ ਨੇ ਅਤੇ ਉੱਧਰ ਜਿਹੜਾ ਸਾਈਜ਼ ਚੱਲਦਾ ਗਾ ਬੈੱਡ ਦਾ, ਕੁਈਨ ਸਾਈਜ਼ ਚੱਲਦਾ ਅਤੇ ਕਿੰਗ ਸਾਈਜ਼ ਚੱਲਦਾ। ਜਿਹੜਾ ਕੁਈਨ ਸਾਈਜ਼ ਹੁੰਦਾ ਗਾ ਉਹ ਤਾਂ ਤਕਰੀਬਨ 65 ਇੰਚ ਚੌੜਾ ਹੁੰਦਾ ਗਾ ਅਤੇ ਜਿਹੜੀ ਉਹਦੀ ਲੰਬਾਈ ਹੁੰਦੀ ਹੈ ਤਕਰੀਬਨ 80 ਇੰਚ ਹੁੰਦੀ ਹੈ। ਵੈਸੇ ਆਸਟ੍ਰੇਲੀਆ ਦੇ ਵਿੱਚ ਜੋ ਮਤਲਬ ਨਾਪਦੇ ਨੇ ਕੋਈ ਚੀਜ਼ ਜ਼ਿਆਦਾ, ਉੱਧਰ MM ਦੇ ਵਿੱਚ ਚੱਲਦੀ ਹੈ। ਜਿਵੇਂ ਆਪਣੇ ਇੰਡੀਆ ਦੇ ਵਿੱਚ ਫੁੱਟ ਦੇ ਵਿੱਚ ਚੱਲਦੀ ਹੈ ਜਾਂ ਇੰਚ ਦੇ ਵਿੱਚ ਚੱਲਦੀ ਹੈ, ਉੱਧਰ ਇੰਚ ਜਾਂ ਫੁੱਟ ਦੇ ਵਿੱਚ ਨਹੀਂ, MM ਦੇ ਵਿੱਚ ਚੱਲਦੀ ਹੈ। 1800 ਕੁਛ MM ਤਾਂ ਇਹਦੀ ਚੌੜਾਈ ਹੈ, 2000 ਕੁਛ MM ਇਹਦੀ ਲੰਬਾਈ ਹੈ ਅਤੇ ਜੋ ਅਪਰੋਕਸ ਆਪਾਂ ਇੰਚੀਜ਼ ਦੇ ਵਿੱਚ ਦੇਖੀਏ ਇਹਨੂੰ 65x80 ਦਾ ਬੈੱਡ ਬਣਿਆ ਹੋਇਆ ਹੈਗਾ। ਪਹਿਲਾਂ ਆਪਾਂ ਇਹ ਬੈੱਡ ਦੀ ਗੱਲ ਕਰਦੇ ਹਾਂ, ਇਹ ਬੈੱਡ ਦੀ ਰੈਫਰੈਂਸ ਫੋਟੋ ਆਹ ਗਈ। ਕਸਟਮਰ ਨੇ ਸਾਨੂੰ ਇਹ ਰੈਫਰੈਂਸ ਫੋਟੋ ਭੇਜੀ ਸੀ ਕਿ ਇਹ ਬੈੱਡ ਦਾ ਡਿਜ਼ਾਇਨ ਤਿਆਰ ਕਰਨਾ ਗਾ, ਇਹਦੀ ਜੋ ਬੈਕ ਵਾਲੀ ਢੋ ਤਿਆਰ ਕਰਨੀ ਹੈ ਉਹ ਵੱਡੀ ਤਿਆਰ ਕਰਨੀ ਹੈ, ਜੋ ਸਾਈਡ ਟੇਬਲ ਨੇ ਇਹਦੇ ਸਾਈਡ ਟੇਬਲ ਦਾ ਡਿਜ਼ਾਇਨ ਚੇਂਜ ਕੀਤਾ ਸੀ ਜਿਵੇਂ ਕਿ ਆਹ ਗਾ, ਅਤੇ ਮਾਈਕਾ ਵੀ ਉਹਨਾਂ ਨੇ ਸਿਲੈਕਟ ਕੀਤਾ ਸੀ। ਅਤੇ ਇਹਦੇ ਫਾਈਨਲ ਰਿਜ਼ਲਟ ਆਏ ਨੇ ਜਿਵੇਂ ਕਿ ਉਹਨਾਂ ਨੇ ਸਾਰੀ ਫੋਟੋ ਭੇਜੀ ਸੀ, ਜਿਵੇਂ ਕਿ ਉਹਨਾਂ ਨੇ ਸਾਰਿਆਂ ਨੂੰ ਡਿਜ਼ਾਇਨ ਦਿੱਤਾ ਸੀ, ਉੱਦਾਂ ਹੀ ਰੈਡੀ ਹੋਏਗਾ। ਇਹ ਜਿਹੜੇ ਬੈੱਡ ਮੈਂ ਤੁਹਾਨੂੰ ਰੈਫਰੈਂਸ ਫੋਟੋ ਦਿਖਾਈ ਹੈ, ਇਹ ਵਿਦਆਊਟ ਸਟੋਰੇਜ ਬੈੱਡ ਸੀ ਅਤੇ ਜੋ ਅਸੀਂ ਇਹ ਰੈਡੀ ਕੀਤਾ ਗਾ ਇਹ ਸਟੋਰੇਜ ਬੈੱਡ ਰੈਡੀ ਕੀਤਾ ਗਾ। ਅਤੇ ਕਿਹਦੇ ਨਾਲ ਗੱਲ ਹੋਰ ਵੀ ਹੈ, ਜੋ ਅਸੀਂ ਮਤਲਬ ਇੱਧਰ ਕੁਆਲਿਟੀ ਦਿੰਦੇ ਹਾਂ ਅਸੀਂ ਆਪਦੇ ਕੋਲ ਨੂੰ ਬੈਸਟ ਦਿੰਦੇ ਹਾਂ, ਪਰ ਜੋ ਅਸੀਂ ਬਾਹਰ ਦਿੰਦੇ ਹਾਂ, ਕਿਉਂਕਿ ਇੱਧਰ ਤਾਂ ਆਪਾਂ ਗਰੰਟੀਆਂ ਵਾਰੰਟੀਆਂ ਦੇ ਦਿੰਦੇ ਹਾਂ, ਜੇ ਕਸਟਮਰ ਨੂੰ ਕੋਈ ਦਿੱਕਤ ਹੁੰਦੀ ਹੈ, ਕੋਈ ਸਾਡੇ ਪ੍ਰੋਡਕਟ ਦੇ ਵਿੱਚ ਦਿੱਕਤ ਹੈ, ਅਸੀਂ ਉਹ ਚੀਜ਼ ਨੂੰ ਸੋਲਵ ਕਰ ਦਿੰਦੇ ਹਾਂ। ਪਰ ਬਾਹਰ ਜੇ ਆਪਾਂ ਗਰੰਟੀਆਂ ਵਾਰੰਟੀਆਂ ਦਈਏ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਆਪਾਂ ਕਿਹੜਾ ਉੱਥੇ ਜਾ ਕੇ ਠੀਕ ਕਰ ਸਕਦੇ ਹਾਂ ਜਾਂ ਚੀਜ਼ ਨੂੰ ਬਦਲ ਸਕਦੇ ਹਾਂ। ਤਾਂ ਕਰਕੇ ਇਹ ਚੀਜ਼ ਦਾ ਅਸੀਂ ਖਾਸ ਧਿਆਨ ਰੱਖਦੇ ਹਾਂ ਕਿ ਕੁਆਲਿਟੀ ਪਹਿਲਾਂ ਹੀ ਬੈਸਟ ਬਣੇ, ਕਸਟਮਰ ਨੂੰ ਕੋਈ ਦਿੱਕਤ ਨਾ ਆਵੇ। ਅਤੇ ਇੱਕ ਜੋ ਮਤਲਬ ਅਸੀਂ ਪਹਿਲੀ ਸਟਾਰਟਿੰਗ ਦੇ ਵਿੱਚ ਜਾਂ ਮਤਲਬ ਕੋਈ ਸਮਾਨ ਭੇਜਦੇ ਹਾਂ ਅਸੀਂ ਬਾਹਰ, ਖੈਰ ਮਤਲਬ ਨਵਾਂ ਜਾਂ ਸਾਡਾ ਕੰਮ ਹੈ ਕੋਈ ਬਾਹਰ ਭੇਜਣ ਦਾ, ਇੱਧਰ ਤੱਕ ਪੁਰਾਣਾ ਗਾ ਬਾਹਰ ਭੇਜਣ ਦਾ ਕੋਈ ਨਵਾਂ, ਤਾਂ ਅਸੀਂ ਜੋ ਵੀ ਸ਼ਿਪਮੈਂਟ ਭੇਜਦੇ ਹਾਂ
ਬਹੁਤ ਧਿਆਨ ਨਾਲ ਮੈਂ ਇੱਕ ਚੀਜ਼ ਦਾ, ਸਾਰੀਆਂ ਚੀਜ਼ਾਂ ਦਾ ਕੁਆਲਿਟੀ ਹੋਵੇ, ਡਿਜ਼ਾਇਨ ਹੋਵੇ, ਕਸਟਮਰ ਸੈਟਿਸਫੈਕਸ਼ਨ ਦਾ ਮੈਂ ਖੁਦ ਆਪ ਧਿਆਨ ਰੱਖਦਾ ਗਾ ਕਿ ਜੋ ਆਪਾਂ ਪਹਿਲਾਂ ਸ਼ਿਪਮੈਂਟਾਂ ਸਾਰੇ ਕਰਨੀਆਂ, ਇੱਕ ਆਪਾਂ ਐਡਵਰਟੀਜ਼ਮੈਂਟ ਕਰਨੀ ਹੈ, ਇਹ ਵੀ ਮਤਲਬ ਆਪਾਂ ਕੋਈ ਕਮਾਈ ਵਾਲਾ ਕੰਮ ਨਹੀਂ ਕਰਨਾ, ਇੱਕ ਦੋ ਅਸੀਂ ਕਰਦੇ ਹਾਂ ਕਿਰਾਏ ਆਪਣੀ ਮਸ਼ਹੂਰੀ ਕਰਦੇ ਹਾਂ, ਜਦੋਂ ਸਾਡੀ ਚੀਜ਼ ਕਸਟਮਰ ਸੈਟਿਸਫਾਈ ਹੋਊਗਾ ਉਹ ਅੱਗੇ ਦੀ ਅੱਗੇ ਕਸਟਮਰ ਨੂੰ ਰੈਫਰੈਂਸ ਦਊਗਾ ਵੀ ਹਾਂ ਮੈਂ ਉਹਨਾਂ ਤੋਂ ਫਲਾਣੇ ਤੋਂ ਮੰਗਵਾਇਆ ਸੀ, ਵੀ ਮੈਨੂੰ ਕਿਸੇ ਵੀ ਤਰ੍ਹਾਂ ਦਾ ਸਰਵਿਸ ਦਾ ਜਾਂ ਕੁਆਲਿਟੀ ਦਾ ਕਦੇ ਕੋਈ ਲਾਂਭਾ ਨਹੀਂ ਆਇਆ, ਅਸੀਂ ਸਿਰਫ ਉਹ ਚੀਜ਼ ਸੁਣਨਾ ਚਾਹੁੰਦੇ ਹਾਂ, ਕਮਾਈ ਨਹੀਂ ਅਸੀਂ ਕਰ ਰਹੇ ਹਾਂ ਜੀ। ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ, ਇਹ ਬੈੱਡ ਸਾਰੇ ਦੇ ਸਾਰੇ 19 mm ਪਲਾਈ ਬੋਰਡ ਦੇ ਵਿੱਚ ਬਣੇ ਨੇ, ਜੀ ਹਾਂ 19 mm ਪਲਾਈ ਬੋਰਡ ਦੇ ਵਿੱਚ ਬਣੇ ਨੇ। ਇਹਦੀਆਂ ਸਾਈਡਾਂ ਹੋ ਗਈਆਂ, ਇਹਦਾ ਬੇਸ ਹੋ ਗਿਆ, ਇਹਦਾ ਅੱਪਰ ਹੋ ਗਿਆ, ਇਹਦੀ ਢੋ ਹੋ ਗਈ ਅਤੇ ਇਹਦੇ ਦਰਾਜ਼ ਹੋ ਗਏ। ਇਹ 'ਤੇ ਹੋਰ ਕੋਈ ਵੀ ਅਦਰ ਪਲਾਈ, ਗਿੱਟੀ ਬੋਰਡ ਜਾਂ ਕੋਈ ਹੋਰ ਹਲਕੀ ਆਈਟਮ ਇਹ 'ਤੇ ਕੋਈ ਵੀ ਯੂਜ਼ ਨਹੀਂ ਕੀਤੀ ਹੋਈ, ਇਹ ਸਾਰਾ ਦਾ ਸਾਰਾ 19 mm ਦੇ ਵਿੱਚ ਬਣਿਆ ਹੋਇਆ। ਅਤੇ ਮੇਰੀ ਪੂਰੀ ਤਸੱਲੀ ਹੈ ਵੀ ਇਹ 15-20 ਸਾਲ ਅਗਲੇ ਦੇ ਬੈੱਡ ਕਿਤੇ ਜਾਂਦੀ ਨਹੀਂ ਹੈਗੀ, ਮੇਰੀ ਫੁੱਲ ਟੂ ਫੁੱਲ ਤਸੱਲੀ ਹੈ ਇੱਦਾਂ ਦੀ। ਇਹ ਜਿਹੜੀਆਂ ਚੀਜ਼ਾਂ ਨੇ ਸਿੱਕੇਬੰਦ ਚੀਜ਼ਾਂ ਨੇ, ਇਹ ਵੀ ਮਤਲਬ ਕਿਸੇ ਕੋਈ ਹੋ ਹੁੰਦਾ ਹੀ ਨਹੀਂ ਹੈਗਾ ਇਹਨਾਂ ਚੀਜ਼ਾਂ ਨੂੰ, ਜਿਹੋ ਜਿਹਾ ਅਸੀਂ ਮਟੀਰੀਅਲ ਲਾਏਗਾ ਜਦੋਂ ਕਸਟਮਰ ਯੂਜ਼ ਕਰਨੇ ਉਹਦਾ ਬਾਅਦ ਦੀ ਗੱਲਾਂ ਨੇ, ਪਰ ਮੇਰੀ ਆਪਦੀ ਫੁੱਲ ਗਰੰਟੀ ਹੈ ਵੀ ਇਹਨਾਂ ਨੂੰ ਕੋਈ ਦਿੱਕਤ ਆਉਣ ਵਾਲੀ ਹੈ ਨਹੀਂ। ਅਤੇ ਇੱਕ ਇਹ ਵੀ ਡਿਜ਼ਾਇਨ ਹੈ, ਇਹ ਵੀ ਜਿਹੜਾ ਡਿਜ਼ਾਇਨ ਬਣਿਆ ਗਾ ਇਹ ਵੀ ਕੁਈਨ ਸਾਈਜ਼ ਦੇ ਵਿੱਚ ਹੀ ਬਣਿਆ, ਜੀ ਹਾਂ ਉਹ ਵੀ ਇਹ 65 inches ਚੌੜਾ ਅਤੇ 80 inches ਲੰਬਾ, ਅਤੇ ਇਹਦੀ ਜਿਹੜੀ ਰੈਫਰੈਂਸ ਫੋਟੋ ਹੈ ਆਹ ਗਈ, ਆਹ ਇਹਦੀ ਰੈਫਰੈਂਸ ਫੋਟੋ ਹੈ, ਇਹਦੀ ਮਤਲਬ ਬੈਕ ਜਿਹੜੀ ਵੱਡੀ ਹੈ, ਸਾਈਡ ਟੇਬਲ ਸੇਮ ਬਣਾਏ ਨੇ, ਅਤੇ ਇਹ ਵਿਦਆਊਟ ਸਟੋਰੇਜ ਬੈੱਡ ਹੈ ਪਰ ਆਪਾਂ ਸਟੋਰੇਜ ਵਾਲਾ ਬੈੱਡ ਬਣਾਇਆ ਗਾ, ਮਾਈਕਾ ਹੋ ਗਿਆ, ਕਲਰ ਹੋ ਗਿਆ, ਕਸਟਮਰ ਦੀ ਆਪਦੀ ਚੁਆਇਸ ਦੇ ਵਿੱਚ ਲੱਗਿਆ ਹੋਇਆ ਗਾ, ਜੀ ਹਾਂ ਇਹ ਵੀ ਮਤਲਬ ਪੂਰਾ ਸੋਲਿਡ 19 mm ਦੇ ਵਿੱਚ ਤਿਆਰ ਕੀਤਾ ਗਿਆ ਗਾ। ਤੁਸੀਂ ਸਫਾਈ ਦੇਖ ਸਕਦੇ ਹੋ, ਕੋਈ ਪਿੰਨਾਂ ਪੁੰਨਾਂ ਦੇ ਨਿਸ਼ਾਨ ਨਹੀਂ, ਕੋਈ ਹੋਰ ਮਤਲਬ ਜਿਹੜੀ ਮਾਈਕੇ ਦੀ ਕੁਆਲਿਟੀ ਲੱਗੀ ਹੈ, ਬੋਰਡ ਦੀ ਕੁਆਲਿਟੀ ਲੱਗੀ ਹੈ, ਉਹ ਵੀ ਸਿਰੇ ਦੀ ਲੱਗੀ ਹੋਈ ਹੈ, ਕਸਟਮਰ ਨੂੰ ਫਿਊਚਰ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਜੇ ਇਹ ਬੈੱਡ ਕਸਟਮਰ ਪਰਚੇਸ ਕਰਦਾ ਗਾ। ਅਤੇ ਇਹਦੀ ਕਸਟਮਰ ਦੀ ਰਿਕੁਆਇਰਮੈਂਟ ਸੀ ਕਿ ਨੀਚੇ ਬਿਲਕੁਲ ਵੀ ਸਪੇਸ ਨਾ ਹੋਵੇ, ਅਤੇ ਸਾਨੂੰ ਫਿਰ ਅਸੀਂ ਕਸਟਮਰ ਨੂੰ ਰਾਏ ਦਿੱਤੀ ਸੀ ਕਿ ਜੇ ਬਿਲਕੁਲ ਨੀਚੇ ਸਪੇਸ ਨਹੀਂ ਹੈਗੀ ਤਾਂ ਉਹ ਬੈੱਡ ਤੁਸੀਂ ਲਿਫਟ ਕਰਨੇ ਕਦੇ ਚੱਕਣੇ ਨੇ, ਉਹ ਚੀਜ਼ ਦਾ ਤੁਹਾਨੂੰ ਜ਼ਿਆਦਾ ਔਖਾ ਹੋਊਗਾ, ਕਿ ਇਹਦੇ ਨਾਲ ਇੰਨੇ ਕੁ ਬਫਰ ਲਾਏ ਨੇ ਛੋਟੇ ਛੋਟੇ ਵੀ ਇਹਦੇ ਨਾਲ ਸਪੇਸ ਵੀ ਕੋਈ ਨਹੀਂ ਹੈਗੀ, ਅਤੇ ਬਹੁਤ ਹਲਕਾ ਹਲਕਾ ਬੈੱਡ ਇਹ ਉੱਚਾ ਗਾ, ਅਤੇ ਮਤਲਬ ਕੱਲ੍ਹ ਨੂੰ ਕੋਈ ਚੀਜ਼ ਨੀਚੇ ਵੀ ਨਹੀਂ ਜਾਊਗੀ ਅਤੇ ਤੁਹਾਡਾ ਬੈੱਡ ਖਰਾਬ ਵੀ ਨਹੀਂ ਹੋਣਾ, ਤੁਸੀਂ ਈਜ਼ੀ ਤਰੀਕੇ ਨਾਲ ਲਿਫਟ ਵੀ ਕਰ ਸਕਦੇ ਹੋ ਜੇ ਤੁਸੀਂ ਚੱਕਣਾ ਗਾ ਕਿਤੇ ਹੋਰ ਪਾਸੇ ਮੂਵ ਕਰਨਾ ਗਾ। ਅਤੇ ਤਾਂ ਕਰਕੇ ਅਸੀਂ ਇਹ ਬੈੱਡ ਰੈਡੀ ਕੀਤਾ ਗਾ। ਅਤੇ ਬਾਕੀ ਇੱਕ ਇਹ ਬੈੱਡ ਹੈਗਾ ਸਾਡਾ ਸਪੈਸ਼ਲ ਬੈੱਡ, ਕਿ ਹਾਂ ਇਹ ਜੋ ਅਸੀਂ ਚੀਜ਼ ਤਿਆਰ ਕੀਤੀ ਹੈ, ਇਹ ਰੋਜ਼ ਰੋਜ਼ ਨਹੀਂ ਇਹੋ ਜਿਹੀਆਂ ਚੀਜ਼ਾਂ ਤਿਆਰ ਹੁੰਦੀਆਂ, ਕਿ ਜੋ ਇਹ ਬੈੱਡ ਦਾ ਕੀ ਸਪੈਸ਼ਲ ਹੈ, ਇਹਦੇ ਬੈੱਡ 'ਤੇ ਨਾ ਬੈਕ ਜੋ ਲੱਗੀ ਹੋਈ ਹੈ, ਇਹਦੇ ਬੈੱਡ 'ਤੇ ਦੋ ਬੈਕਾਂ ਲੱਗੀਆਂ ਹੋਈਆਂ, ਇੱਕ ਤਾਂ ਇਹਦੇ ਪਿੱਛੇ ਬੈਕ ਲੱਗੀ ਹੋਈ ਹੈ, ਇੱਕ ਇਹਦੇ ਫਰੰਟ 'ਤੇ ਬੈਕ ਲੱਗੀ ਹੋਈ ਹੈ, ਜੀ ਹਾਂ ਇਹ ਬੈੱਡ 'ਤੇ ਦੋ ਬਾਈਕਾਂ ਲੱਗੀਆਂ ਹੋਈਆਂ। ਬਾਕੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਡਿਜ਼ਾਇਨ ਦਿਖਾਏ ਨੇ ਉਹਨਾਂ 'ਚੋਂ ਇਹ 'ਚੋਂ ਕੀ ਫਰਕ ਹੈ, ਪਹਿਲਾਂ ਕੁਈਨ ਸਾਈਜ਼ ਦਿਖਾਏ ਨੇ ਦੋਨੇ, ਇਹ ਜਿਹੜਾ ਬੈੱਡ ਬਣਿਆ ਹੋਇਆ ਕਿੰਗ ਸਾਈਜ਼ ਬਣਿਆ ਹੋਇਆ, ਇਹਦੀ ਜਿਹੜੀ ਤਕਰੀਬਨ ਚੌੜਾਈ ਹੈ ਇਹ 72 inches ਦੀ ਹੈ, ਇਹਦੀ ਜਿਹੜੀ ਤਕਰੀਬਨ ਲੰਬਾਈ ਹੈ ਇਹ ਜਿਹੜੀ ਲੰਬਾਈ ਹੈ ਤਕਰੀਬਨ 80 inches ਦੀ ਹੈ, ਅਤੇ ਇਹਦੀ ਆਹ ਰੈਫਰੈਂਸ ਫੋਟੋ ਹੈ। ਇਹਦੇ ਬੈਕ 'ਤੇ ਦੋ ਬੈਕ ਆ ਗਈ, ਆਹ ਵੱਡੀ ਬੈਕ ਆ ਗਈ, ਆਹ ਛੋਟੀ ਬੈਕ ਆ ਗਈ, ਅਤੇ ਇਹਦੇ ਵਿਦਆਊਟ ਸਟੋਰੇਜ ਵਾਲੀਆਂ ਪੇਟੀਆਂ ਗੀਆਂ ਪਰ ਆਪਾਂ ਸਟੋਰੇਜ ਵਾਲੀਆਂ ਕੀਤੀਆਂ, ਸਾਈਡ ਟੇਬਲ ਕਸਟਮਰ ਨੇ ਚੇਂਜ ਕੀਤੇ ਸੀ, ਇਹ ਨਹੀਂ ਕੀਤੇ, ਜੋ ਡਿਜ਼ਾਇਨ ਬਣਾਇਆ ਗਾ ਇਹ ਡਿਜ਼ਾਇਨ ਵਾਲੇ ਸਾਈਡ ਟੇਬਲ ਸੀ। ਇਹ ਜਿਹੜਾ ਬੈੱਡ ਬਣਿਆ ਗਾ ਸਾਰਾ ਮਾਈਕੇ ਦੇ ਵਿੱਚ ਬੈੱਡ ਬਣਿਆ ਹੋਇਆ ਹੈਗਾ, ਜੋ ਮਟੀਰੀਅਲ ਇਹ 'ਤੇ ਯੂਜ਼ ਹੋਇਆ ਸਾਰਾ 19 mm ਯੂਜ਼ ਹੋਇਆ ਹੋਇਆ। ਬਾਕੀ ਆਹ ਚੀਜ਼ ਨੂੰ ਲੈ ਕੇ ਜਿਵੇਂ ਆਹ ਚੀਜ਼ ਹੋ ਗਈ, ਇਹ ਅਸੀਂ ਬਲੈਕ ਪੋਲਿਸ਼ ਕੀਤੀ ਹੋਈ ਹੈ, ਜੀ ਹਾਂ ਇਹ 'ਤੇ ਬਲੈਕ ਪੋਲਿਸ਼ ਕੀਤੀ ਹੋਈ ਹੈ, ਅਤੇ ਤਾਂ ਕਿ ਮਤਲਬ ਬੈੱਡ ਦੀ ਗਰੇਸ ਹੈ ਜੋ ਜ਼ਿਆਦਾ ਪਵੇ। ਇਹ ਜਿਹੜਾ ਮੂਹਰਲੇ ਫਟਾਗਾ ਪੈਰਾਂ ਵਾਲਾ ਇਹ ਫਿਕਸ ਹੋਊਗਾ, ਹਜੇ ਤਾਂ ਹੋਲ ਹੋਣਗੇ,
ਅਤੇ ਇਹ 'ਚ ਜ਼ਿਆਦਾ ਚੀਜ਼ ਸਪੈਸ਼ਲ ਹੈ ਜੋ ਉਹਦੀ ਬੈਕ ਹੈ ਜ਼ਿਆਦਾ ਵੱਡੀ ਕੀਤੀ ਹੋਈ ਹੈ। ਕਸਟਮਰ ਕਹਿ ਰਹੇ ਨੂੰ ਰਿਮੂਵ ਵੀ ਕਰ ਸਕਦਾ ਟਾਈਮ ਨਾਲ ਜੇ ਕਮਰੇ ਦੇ ਵਿੱਚ ਇੰਨੀ ਸਪੇਸ ਨਹੀਂ ਹੈਗੀ, ਅਤੇ ਲਾਉਣਾ ਗਾ ਇਹ ਲਾ ਵੀ ਸਕਦਾ ਗਾ। ਅਤੇ ਇਹ ਵੀ ਜਿਹੜਾ ਸਾਰਾ ਬੈੱਡ ਬਣਿਆ ਹੋਇਆ ਗਾ 19 mm ਦੇ ਵਿੱਚ ਬਣਿਆ ਹੋਇਆ ਗਾ, ਅਤੇ ਕੁਆਲਿਟੀ ਸਾਰਾ ਐਵਰੀਥਿੰਗ ਮੈਂ ਤੁਹਾਨੂੰ ਦੱਸ ਹੀ ਦਿੱਤੀ। ਇਹਦੇ ਨਾਲ ਮਤਲਬ ਡਰੈਸਿੰਗ ਹੋ ਗਿਆ, ਜਿਵੇਂ ਸਪੇਸ ਸੇਵਰ ਜਾਂ ਡਰੈਸਿੰਗ ਹੋ ਗਿਆ, ਘੱਟ ਰੇਂਜ ਵਾਲੀ ਆਈਟਮ ਹੋ ਗਈ ਅਤੇ ਸਪੇਸ ਸੇਵਰ ਹੋ ਗਿਆ, ਡਰੈਸਿੰਗ ਦਾ ਕੰਮ ਕਰਦਾ ਗਾ, ਇਹ ਵੀ ਸਾਰਾ ਪੋਲਿਸ਼ ਦੇ ਵਿੱਚ ਬਣਿਆ ਹੋਇਆ ਗਾ। ਅਤੇ ਇੱਕ ਇਹਦੇ ਨਾਲ ਹੀ ਇੱਕ ਆਹ ਆਪਣਾ ਟੇਬਲ ਵੀ ਤਿਆਰ ਕੀਤਾ ਗਾ, ਇਹਦੇ ਉੱਪਰ ਜਿਹੜੀ ਟੋਪ ਆਊਗੀ ਇਹ ਗਲਾਸ ਦੀ ਟੋਪ ਆਊ, ਹਜੇ ਟੋਪ ਨਹੀਂ ਰੱਖੀ ਹੋਈ, ਆਹ ਇਹਦੇ 'ਤੇ ਡਰੋਰ ਹੋ ਗਏ। ਇਹ ਵੀ ਕਸਟਮਰ ਨੇ ਜੋ ਡਿਜ਼ਾਇਨ ਹੈ ਨੈੱਟ ਤੋਂ ਦਿੱਤਾ ਸੀ ਵੀ ਇਹ ਵੀਡੀਓ ਬਣਾਉਣ ਦਾ ਕਾਰਨ, ਜੇ ਤੁਸੀਂ ਕੋਈ ਬਾਹਰ ਬੈਠੇ ਹੋ, ਜੇ ਤੁਸੀਂ ਆਪਣੇ ਇੰਡੀਆ ਦੇ ਟੇਸਟ ਦੀਆਂ ਆਈਟਮਾਂ ਲੈਣੀਆਂ ਗੀਆਂ, ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਫਰਨੀਚਰ ਤਿਆਰ ਕਰਾਉਣਾ, ਤਾਂ ਤੁਸੀਂ ਬਰਨਾਲਾ ਵੁੱਡਸ ਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਜੋ ਵੀ ਆਪਣੀ ਸਰਵਿਸ ਹੈ ਬੈਸਟ ਤੋਂ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਇੰਡੀਆ ਦੇ ਵਿੱਚ ਇੱਦਾਂ ਦੇ ਬੈੱਡ ਔਡਰ ਕਰਨੇ ਨੇ, ਜਾਂ ਜੇ ਡਿਜ਼ਾਈਨ ਕੋਈ ਤੁਹਾਡੇ ਕੋਲ ਹੈ, ਵੈਦਰ ਕਿ ਉਹ ਬੈੱਡ ਦਾ, ਸੋਫੇ ਦਾ, ਡਾਇਨਿੰਗ ਦਾ, ਕੋਈ ਵੀ ਆਈਟਮ ਹੈ, ਜੇ ਤੁਹਾਡੇ ਕੋਲ ਕੋਈ ਡਿਜ਼ਾਈਨ ਹੈ, ਤੁਸੀਂ ਉਹਦੇ ਅਕੋਰਡਿੰਗ ਚੀਜ਼ ਤਿਆਰ ਕਰਵਾਉਣੀ ਹੈ, ਵੀ ਸਾਨੂੰ ਨੈੱਟ ਤੋਂ ਫੋਟੋ ਕੱਢੋ, ਸਾਡੇ ਵਟਸਐਪ ਨੰਬਰ 'ਤੇ ਭੇਜੋ, ਐਜ਼ ਇਟ ਇਜ਼ ਉਹੀ ਚੀਜ਼ ਤਿਆਰ ਕਰ ਦਾਂਗੇ, ਕਿ ਅਸੀਂ ਫੁੱਲ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਪੱਖੋਂ, ਸਰਵਿਸ ਪਿੱਛੋਂ, ਡਿਜ਼ਾਈਨ ਪੱਖੋਂ ਅਤੇ ਕੁਆਲਿਟੀ ਪੱਖੋਂ ਪੂਰਾ ਤੋਂ ਪੂਰਾ ਸੈਟਿਸਫਾਈ ਕਰੀਏ। ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਸਾਡੀ ਨਵੀਂ ਅਪਡੇਟ ਲੈਣਾ ਚਾਹੁੰਦੇ ਹੋ, ਪੇਜ ਨੂੰ ਸਬਸਕ੍ਰਾਈਬ ਕਰ ਲਓ, ਜਾਂ ਨੀਚੇ ਦਿੱਤੇ ਗਏ ਨੰਬਰ 98042020 'ਤੇ ਕਾਲ ਕਰ ਸਕਦੇ ਹੋ ਹੋਰ ਇਨਫੋਰਮੇਸ਼ਨ ਲੈਣ ਲਈ। ਜੇ ਤੁਸੀਂ ਸਾਡੇ ਸ਼ੋਰੂਮ 'ਤੇ ਵਿਜ਼ਿਟ ਕਰਨਾ ਹੈਗਾ, ਸਾਡੇ ਸ਼ੋਰੂਮ ਦਾ ਪਤਾ ਹੈ ਨੀਅਰ ਨਿਊ ਬੱਸ ਸਟੈਂਡ ਰੋਡ, ਓਪੋਜ਼ਿਟ ਪ੍ਰੇਮ ਪ੍ਰਧਾਨ ਮਾਰਕੀਟ, ਬਰਨਾਲਾ। ਸਤਿ ਸ਼੍ਰੀ ਅਕਾਲ।